लुडन मंडी डॉट पी के चैनल देखने वाले तमाम उस दोस्तों साड़ी तरफों अस्सलाम वालेकुम। दोस्तों अगर तुम नीली दिया चोटियां या कटियां खरीदना चाहते हो तो इस वीडियो तुम शुरू तो लेके आखिर तक जरूर वाच करना है। इस वक्त मैं मौजूद हाँ जी जिला बिहार के इलाके लुडन मंडी के इतने रेटों की सूरत हाल का अंदाजा करना है कि जेडे कि इतने भरा साढ़े चोटियां लैके मंडी मौजूद ने रेट की मांग रहे हैं तो नसल तो क्वालिटी इन्हों को किस तरह की आँदी है। जी अस्सलाम वालेकुम भाई। खास नहीं चौगी हो चुकी है मतलब कुछ इस तरह क्रॉस भी नहीं हुई खाली मोबाइल नंबर 453 स्क्रीन इन्हों का मोबाइल नंबर आ चुका जी। घर की चोटी लैके इस मंडी मौजूद ने अगर खरीदना चाहते हो तो इन्हों का मोबाइल नंबर तराबता करके खरीदारी कर सकते हो। इस दोस्त नाल गल कर लें जी जेडे कि साढ़े भरा छोटी कट्टी लैके इस मंडी मौजूद ने रेटों के बारे की कहते हैं। अस्सलाम वालेकुम सर। 80,000। अस्सलाम वालेकुम। वालेकुम सलाम। की नाम है? अलायता। अच्छा अलायता साहब घर की चोटी लैके आए हो या कारोबार कर दे हो? एक घर गिदी मैंने आया मतलब तुसी खरीद लई है घर लैके जा रहे हो? ठीक हो गया। किन्ने दी खरीदी है तुसी इत्थे? 80 जी। 80,000 की खरीदी है तो ठीक हो गया जी। इस टाइम खरीद के खड़े ने मंडी के बाकी रेट अनाउंस नहीं करवाते यकीन ये सेल नहीं करना चाहते। अगे आ जाओ इस ब्रांड गल करने कि रेट अज का की मंगते हैं। जी अस्सलाम वालेकुम। वालेकुम सलाम भाई जान। सर क्या हाल चाल है? खरीद की नाम है तुहाडा? मोहम्मद सजाद। अच्छा सजाद भाई कारोबार कर दे हो या घर दी लेके आए हो? नहीं नहीं कारोबार कर दे। कितनी जोड़ियां लेके आए हो? तकरीबन 5-6 ला लेंगे। ਤੁਸੀਂ ਖਰੀਦੀ ਨੇ ਇਸ ਮੰਡੀ ਦੇ ਵਿੱਚੋਂ? ਜੀ ਜੀ। ਮਤਲਬ ਇਸ ਟਾਈਮ ਮੰਡੀ ਦੇ ਵਿੱਚ ਖਰੀਦਾਰੀ ਹੋ ਚੁੱਕੀ ਹੈ ਜਿੰਨੇ ਵੀ ਭਾਈ ਅਕਸਰ ਸਾਨੂੰ ਇਸ ਤਰ੍ਹਾਂ ਦੇ ਮਿਲ ਰਹੇ ਨੇ ਜਿਨ੍ਹਾਂ ਨੇ ਜੋਟੀਆਂ ਇਸ ਨੀਲੀ ਦੇ ਮੰਡੀ ਦੇ ਵਿੱਚ ਖਰੀਦੀਆਂ ਨੇ। ਅੱਛਾ ਕਿੰਨੇ ਦੀ ਖਰੀਦੀ ਹੈ ਇਸ ਟਾਈਮ? ਇਹ ਬਾਜੀ 1-10 ਦੀ ਖਰੀਦੀ। ਠੀਕ ਹੋ ਗਿਆ। 1-10 ਮੂੰਹ ਚ ਦੁੰਦੀ ਹੈ ਚੋਗੀ ਖੀਰੀ? ਖੀਰੀ ਹੈ ਖੀਰੀ। ਮੂੰਹ ਚ ਖੀਰੀ ਹੈ? ਹਾਂਜੀ। ਵਜ਼ਨ ਦਾ ਆਈਡੀਆ ਹੈ ਕਿੰਨਾ ਕਰ ਚੁੱਕੀ ਹੈ? ਇਹ ਤਕਰੀਬਨ ਹੋਏਗੀ 4-1 ਮਨ। 4-1 ਮਨ ਤੇ ਕਿੰਨੇ ਦੀ ਖਰੀਦੀ ਹੈ ਤੁਸੀਂ? 1-10 ਦੀ। 1-10 ਦੀ ਤੇ ਅਗਰ ਸੇਲ ਕਰਨਾ ਚਾਹ ਸੇਲ ਵੀ ਕਰਨਾ ਚਾਹੁੰਦੇ ਹੋ ਜਾਂ ਆਪਣੇ ਘਰ ਵਿੱਚ ਰੱਖਣੀ? ਨਹੀਂ ਨਹੀਂ ਸੇਲ ਕਰਨੀ। ਤੇ ਕਿੰਨੇ ਤੱਕ ਦੇ ਇਰਾਦਾ ਮਤਲਬ ਥੋੜਾ ਬਹੁਤ ਕੋਈ ਅਗਰ ਦੋਸਤ ਪ੍ਰੋਫਿਟ ਦੇਵੇ ਤੁਸੀਂ ਸੇਲ ਕਰ ਦਿਓਗੇ? ਜੀ 15-20 ਦੀ ਦੇ ਦੇਵਾਂ। ਜੀ ਮੋਬਾਈਲ ਨੰਬਰ ਜ਼ਰਾ ਸ਼ੇਅਰ ਕਰੋ। ਨੰਬਰ ਕੀ ਤੁਹਾਡਾ? 0334। ਹਾਂ ਹਾਂ। 7522788। जी 788 ਤੁਹਾਡੀ ਸਕਰੀਨ ਤੇ ਇਹਨਾਂ ਦਾ ਮੋਬਾਈਲ ਨੰਬਰ ਆ ਚੁੱਕਾ ਜੀ। ਕਾਰੋਬਾਰ ਕਰਦੇ ਨੇ ਜੀ ਮੰਡੀ ਦੇ ਵਿੱਚ ਇਸ ਟਾਈਮ ਜੋਟੀ ਖਰੀਦ ਕੇ ਖੜੇ ਨੇ। ਅਗਰ ਕੋਈ ਦੋਸਤ ਖਰੀਦਣਾ ਚਾਹਵੇ ਤੇ ਮੋਬਾਈਲ ਨੰਬਰ ਤੁਹਾਡੀ ਸਕਰੀਨ ਤੇ ਆ ਚੁੱਕਾ ਹੈ। ਇਸ ਦੋਸਤ ਨਾਲ ਗੱਲ ਕਰਨੇ ਆ ਜੀ। ਜੀ ਅਸਲਾਮ ਵਾਲੇਕੁਮ ਸਰ। ਵਾਲੇਕੁਮ ਅਸਲਾਮ। ਸਰ ਕੀ ਨਾਮ ਹੈ ਤੁਹਾਡਾ? ਬਹਾਰ ਅਲੀ। ਅੱਛਾ ਬਹਾਰ ਅਲੀ ਸਾਹਿਬ ਕਿੰਨੇ ਕੱਜ ਨਗ ਲੈ ਕੇ ਆਏ ਹੋ? ਅੱਜ 2 ਲੈ ਕੇ ਆਇਆ। 2 ਲੈ ਕੇ ਆਏ ਹੋ? ਮਤਲਬ ਮੰਡੀ ਦੀ ਪਰਫਾਰਮੈਂਸ ਜ਼ਬਰਦਸਤ ਚੱਲ ਰਹੀ ਹੈ, ਅੱਜ ਖਰੀਦਦਾਰ ਵੀ ਕਾਫੀ ਆਏ ਨੇ। ਹਾਂਜੀ। ਤੁਹਾਡੇ ਕੋਲ ਕਟੀਆਂ ਕਿਉਂ ਨਹੀਂ ਸੇਲ ਹੋਈਆਂ? ਵਜ੍ਹਾ ਕੀ ਹੈ? ਬਸ ਥੋੜੀ ਜਿਹਾ ਮੰਡੀ ਦਾ ਹਾਲਾਤ ਥੋੜੀ ਜਿਹਾ ਖਰਾਬ ਜਾ ਰਹੀ ਆ। ਮਤਲਬ ਰੇਟ ਥੋੜਾ ਲੱਗ ਰਿਹਾ ਜਿੱਦਾਂ ਤੁਸੀਂ ਰੇਟ ਥੋੜਾ ਲੱਗ ਰਿਹਾ ਖਰੀਦਦਾਰੀ ਕਰਕੇ ਆਏ ਹੋ, ਉਹਦਾ ਉਸ ਨੂੰ ਟੱਚ ਕੋਈ ਨਹੀਂ ਕਰ ਰਿਹਾ, ਮਤਲਬ ਇਸ ਤਰ੍ਹਾਂ ਦੇ ਮਾਮਲਾ ਚੱਲ ਰਹੇ ਨੇ। ਠੀਕ ਹੋ ਗਿਆ। ਨਸਲ ਕਿਹੜੀ ਕਿਹੜੀ ਲੈ ਕੇ ਆਏ ਹੋ? ਨਸਲ ਨੀਲੀ ਦੀ ਲੈ ਕੇ ਆਇਆ। ਨੀਲੀ ਦੀ ਲੈ ਕੇ ਆਇਓ ਤੇ ਕੱਦ ਬੁੱਤ ਕਾਫੀ ਘਟੇ ਯਾਨੀ ਕਿ ਇਹਨਾਂ ਮੂੰਹ ਚ ਖੀਰੀਆਂ ਨੇ। ਕਿੰਨਾ ਕਿੰਨਾ ਵਜ਼ਨ ਘਟ ਚੁੱਕੀਆਂ ਨੇ? ਇਹ ਵਜ਼ਨ ਇਹਨਾਂ ਦੇ ਪਹਿਲੀ ਘਟੀ 2.5 ਮਾਣੇ ਹੋ ਜੀ। 2 ਮਾਣੇ 2 ਮਾਣੇ 2.5 ਮਾਣੇ ਦਾ ਅਗਰ ਰੇਟ ਪੁੱਛਿਆ ਜਾਵੇ ਕਿੰਨਾ ਕਰ ਰਹੇ ਹੋ ਤੇ ਫਾਈਨਲ ਸੇਲ ਕਿੰਨੇ ਤੱਕ ਕਰਾਂਦੇ ਰਹਿੰਦਾ ਹੈ? ਉਹਦਾ 65,000 ਰੁਪਏ ਮੰਗਦੇ ਪਏ, 60,000 ਦੀ ਫਾਈਨਲ ਦੇ ਦੇ। ਫਾਈਨਲ ਰੇਟ ਹੈ? ਹਾਂਜੀ ਜੀ। ਆਖਰੀ ਰੇਟ ਤੁਹਾਡਾ ਆ ਚੁੱਕਾ ਜੀ। ਨੰਬਰ 2 ਦੇ ਬਾਰੇ ਗੱਲ ਕਰਨੇ ਆ ਸਰ, ਇਹ ਨਸਲ ਕਿਹੜੀ? ਨੀਲੀ ਦੀ ਹੈ? ਇਹ ਨੀਲੀ ਦੀ ਹੈ ਤੇ ਵਜ਼ਨ ਕਿੰਨਾ ਘਟ ਚੁੱਕੀ ਹੈ ਜੀ? ਇਹਦਾ 2 ਮਣ ਵਜ਼ਨ। 2 ਮਣ ਰੇਟ ਦੇ ਬਾਰੇ ਕੀ ਕਹਿੰਦੇ ਹੋ? ਇਹਦਾ ਰੇਟ ਦੇ ਬਾਰੇ ਕਹਿੰਦੇ ਆ 60,000 ਰੁਪਏ। 60,000 ਰੁਪਏ ਤੇ ਇਹਦੇ ਚ ਪਿਆਰ ਮੁਹੱਬਤ ਕਿੰਨਾ ਕਰ ਸਕਦੇ? 55,000 ਦੀ ਵੇਚ ਜੀ ਸਾਹਿਬ। ਜੀ 55,000 ਦਾ ਫਾਈਨਲ ਰੇਟ ਤੁਹਾਡਾ ਆ ਚੁੱਕਾ ਜੀ। ਮੋਬਾਈਲ ਨੰਬਰ ਜ਼ਰਾ ਸ਼ੇਅਰ ਕਰੋ। ਨੰਬਰ 0324-97-99-058। 058 ਤੁਹਾਡੀ ਸਕਰੀਨ ਤੇ ਇਹਨਾਂ ਦਾ ਮੋਬਾਈਲ ਨੰਬਰ ਆ ਚੁੱਕਾ ਜੀ। ਅਗਰ ਜੋੜੀਆਂ ਦੇ ਰੇਟ ਪਸੰਦ ਹੋਣ ਇਸ ਨੰਬਰ ਤੇ ਰਾਬਤਾ ਕਰਕੇ ਖਰੀਦਾਰੀ ਵੀ ਕਰ ਸਕਦੇ ਹੋ। ਲੁੱਡਨ ਮੰਡੀ 'ਚ ਆਇਓ, ਪਿੱਛੇ ਰਿਹਾਇਸ਼ ਕਿਹੜੇ ਇਲਾਕੇ 'ਚ ਹੈ ਜੀ? ਰਿਹਾਇਸ਼ ਇੱਥੋਂ ਆਉਂਦੀ ਹੈ, ਲੁੱਡਨ ਦੀ ਹੈ, 1 ਕਿਲੋਮੀਟਰ ਦੇ। 1 ਕਿਲੋਮੀਟਰ ਬਾਅਦ ਤੁਹਾਡੀ ਰਿਹਾਇਸ਼ ਹੈ। ਅਗਰ ਬਹੁਤ ਇਲਾਵਾ ਕੋਈ ਦੋਸਤ ਰਾਬਤਾ ਕਰੇ ਤੇ ਕਿਹੜੇ ਦਿਨ ਤੁਹਾਡੇ ਕੋਲ ਇਸ ਤਰ੍ਹਾਂ ਦੀ ਜੋੜੀਆਂ ਜਮ੍ਹਾਂ ਹੋ ਜਾਂਦੀਆਂ ਨੇ ਤੁਹਾਡੇ ਪੁਆਇੰਟ ਤੇ? ਸਾਡੇ ਕੋਲ ਐਤਵਾਰ ਸਵਾਰ ਤੋਂ, ਐਤਵਾਰ ਸਵਾਰ ਮੰਗਲ ਤੱਕ ਤੁਹਾਡੇ ਕੋਲ ਇਸ ਤਰ੍ਹਾਂ ਦੀ ਜੋੜੀਆਂ ਮਿਲ ਸਕਦੀਆਂ ਨੇ? ਬਿਲਕੁਲ ਮਿਲ ਸਕਦੀਆਂ। ਜ਼ਬਰਦਸਤ ਹੋ ਗਈ। ਅਗਰ ਕੋਈ ਦੋਸਤ ਪ੍ਰੈਗਨੈਂਟ ਗਭਣਾ ਲੈਣਾ ਚਾਹਵੇ ਤਾਂ ਉਹ ਵੀ ਮਿਲ ਸਕਦੇ ਨੇ ਤੁਹਾਡੇ ਕੋਲੋਂ? ਉਹ ਵੀ ਮਿਲ ਸਕਦੇ ਆ। ਮਤਲਬ ਉਹ ਆਰਡਰ ਤੇ ਖਰੀਦਦਾਰੀ ਕਰ ਸਕਦੇ ਹੋ ਅਗਰ ਕੋਈ ਦੋਸਤ ਰਾਬਤਾ ਕਰੇ, ਟੋਕਨ ਕਰੇ ਤੇ ਫੀਲਡ ਦੇ ਵਿੱਚ ਉਸ ਵਾਸਤੇ ਤੁਹਾਡੇ ਕੋਲ ਵੈਸੇ ਮੌਜੂਦ ਨਹੀਂ ਆਉਂਦੀਆਂ? ਹਾਂਜੀ ਬਿਲਕੁਲ, ਲੈ ਤੇ ਦੇ ਸਕਦੇ ਆ ਜਿੱਥੋਂ ਮਰਜ਼ੀ ਦੇ ਸਕਦੇ ਆ। ਜੀ ਮੁਕੰਮਲ ਡਿਟੇਲ ਤੁਹਾਡਾ ਕਾ ਚੁੱਕੀ ਹੈ ਜੀ। ਜੀ ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ ਜੀ। ਕੀ ਨਾਮ ਹੈ ਤੁਹਾਡਾ? ਜਮਸ਼ੇਰ ਜੀ। ਅੱਛਾ ਜਮਸ਼ੇਰ ਭਾਈ, ਅੱਜ ਕਿੰਨੀਆਂ ਜੋੜੀਆਂ ਲੈ ਕੇ ਆਏ ਹੋ? 5 ਤੇ ਕਿੰਨੀਆਂ ਸੇਲ ਕਰ ਲਈਆਂ? 4
चार शेर का भी जबरदस्त, मतलब आज मंडी दे तेजी लग रही है, गाहक वेखन नु काफी मिल रही है। बिल्कुल, ते आखरी नग रह गया तुम्हारे? हां जी आखरी। मुंह चो दुंदी है खीरी की? खीरी है जी, मुंह चो खीरी है। नस्ल केड़ी है जी? जी नीली दी नस्ल। नीली दी नस्ल है, जबरदस्त हो गया। ऐसे इलाके चो खरीदारियां कर दे? बिल्कुल। ठीक हो गया। वजन कितना कर चुकी है जी? ए जी वजन है 3.5 मन। 3.5 मन। रेट दे बारे की कहंदे हो? रेट 1,05,000 दा मंगने आ जी। ते किन्ने तक सेल करनी है? ए आपा करनी 95 दी। 95,000 फाइनल रेट है? हां जी फाइनल जी। आखिरी रेट तुहाडे तक आ चुका है, मोबाइल नंबर जरा शेयर करो जी। 0308-1554-551 जी। 551 तुहाडे सकें ते इहनां दा मोबाइल नंबर आ चुका जी। कारोबार करते हैं, बिजनेस करते हैं, तो एक जोटी लैके इस मंडी इस टाइम मौजूद ने। अगर खरीदना चाहते हो तो नंबर तराबता करो, इन्हों को खरीदारी भी कर सकते हो। इस दोस्त नाल भी गल कर लेना जी। अस्सलाम वालेकुम सर। वालेकुम सलाम सर, की नाम है तुम्हारा? मेरा नाम मोहम्मद शबीर है। अच्छा शबीर भाई, घर की लेके आए हो या कारोबार कर दे? कारोबार कर दे। किन्ने का नग लेके आए हो? असा लाया है कोई 3-4। 3-4 ते सेल विच किन्ने हो गए ने? कोई 2 होए। 2 होए ने, मतलब टाइम काफी बाकी है। हां 2 खले भी सेल हो जाने। ठीक हो गया। ए नस्ल केड़ी है जी? ए नस्ल नीली दी। नीली दी ऐसे लाके जो खरीदे? हां जी हां। ठीक हो गया। मुंह च दुंदी है या खीरी है? खीरी है। मुंह च खीरी। वजन कितना कर चुकी है जी? वजन होने 3.5 मन दे नेड़े। 3 मन दे करीब होना वजन। ठीक हो गया। रेट कितना कर दे हो? डिमांड कितनी कर रहे हो? तो किन्ने तक सेल करन दा इरादा तुम्हारा? मुल तो 1.5 करने। अच्छा ते फाइनल की सोच रखा? अगर कोई दोस्त तुम्हारे नाल राबता करे तो 90 दी बेच छोड़े। 90,000 आखिरी रेट है? हाँ जी जी। फाइनल रेट तुम्हारे तक आ चुका है, मोबाइल नंबर जरा शेयर करो। नंबर 0301 जी जी 390-5598 5598 ਤੁਹਾਡੀ ਸਕਰੀਨ ਤੇ ਇਹਨਾਂ ਦਾ ਮੋਬਾਈਲ ਨੰਬਰ ਆ ਚੁੱਕਾ ਜੀ। ਕਾਰੋਬਾਰ ਕਰਦੇ ਨੇ, ਬਿਜ਼ਨਸ ਕਰਦੇ ਨੇ। ਅਗਰ ਬਹੁਤ ਇਲਾਵਾ ਖਰੀਦਦਾਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਰਾਬਤਾ ਕਰੋ, ਇਹਨਾਂ ਦੇ ਪੁਆਇੰਟ ਤੇ ਜਾ ਕੇ ਵੀ ਖਰੀਦਦਾਰੀ ਕਰ ਸਕਦੇ ਹੋ ਜੀ। ਕਾਫੀ ਇੱਥੇ ਮੰਡੀ ਦੇ ਵਿੱਚ ਇਸ ਟਾਈਮ ਰਸ਼ ਵੇਖਣ ਨੂੰ ਮਿਲ ਰਿਹਾ, ਖਰੀਦਦਾਰ ਆਏ ਨੇ ਤੇ ਬਾਕੀ ਸਾਡੇ ਉਹ ਦੋਸਤ ਜਿਹੜੇ ਕਿ ਕਾਰੋਬਾਰ ਕਰਦੇ ਨੇ ਉਹ ਜੋਟੀਆਂ ਲੈ ਕੇ ਇਸ ਮੰਡੀ ਦੇ ਵਿੱਚ ਮੌਜੂਦ ਨੇ। ਇਸ ਦੋਸਤ ਨਾਲ ਵੀ ਗੱਲ ਕਰ ਲੈਂਦੇ ਤਾਂ ਕਿ ਰੇਟਾਂ ਦਾ ਆਈਡੀਆ ਹੋ ਜਾਵੇ ਕਿ ਇਸ ਮੰਡੀ ਦੇ ਰੇਟ ਕਿਸ ਤਰ੍ਹਾਂ ਚੱਲਦੇ ਨੇ ਜੀ। ਅਸਲਾਮ ਵਾਲੇਕੁਮ ਸਰ। ਅਸਲਾਮ ਵਾਲੇਕੁਮ। ਵਾਲੇਕੁਮ ਸਰ, ਕੀ ਨਾਮ ਤੁਹਾਡਾ? ਖਾਦਮ ਹੁਸੈਨ। ਅੱਛਾ ਖਾਦਮ ਭਾਈ, ਘਰ ਦੀ ਲੈ ਕੇ ਆਏ ਹੋ ਜਾਂ ਕਾਰੋਬਾਰ ਕਰਦੇ ਹੋ? ਕਾਰੋਬਾਰ। ਕਾਰੋਬਾਰ ਕਰਦੇ ਹੋ? ਕਿੰਨੇ ਕੁ ਨਗ ਲੈ ਕੇ ਆਏ ਹੋ? ਇਹਨਾਂ ਕੋ 5-6। 5-6 ਤੇ ਸੇਲ ਕਿੰਨੇ ਕੁ ਹੋ ਗਏ ਨੇ ਵਿੱਚੋਂ? 3। 3 ਸੇਲ ਹੋ ਗਏ ਨੇ, ਮਤਲਬ ਅੱਜ ਤੁਹਾਨੂੰ ਕੀ ਲੱਗ ਰਿਹਾ? ਮੰਡੀ ਤੇਜ਼ੀ ਆ ਚੁੱਕੀ ਹੈ, ਸਾਡੇ ਵੇਖਣ ਨੂੰ ਤਾਂ ਇਹ ਲੱਗ ਰਿਹਾ ਕਿ ਅੱਜ ਕਾਫੀ ਦੋਸਤ ਖਰੀਦ ਕੇ ਖੜੇ ਨੇ ਔਰ ਤੁਸੀਂ ਸੇਲ ਵੀ ਕਰ ਲਈਆਂ ਨੇ। ਆਹ ਮੈਂ ਚੱਲਦਾ ਪਿਆ ਕੰਮ, ਮਤਲਬ ਕੰਮ ਠੀਕ ਚੱਲ ਰਿਹਾ। ਠੀਕ ਹੋ ਗਿਆ। ਨਸਲ ਕਿਹੜੀ ਲੈ ਕੇ ਆਏ ਹੋ? ਇਹ ਨੀਲੀ ਨਸਲ ਹੈ। ਨੀਲੀ ਨਸਲ ਦਾ? ਅੱਛਾ ਜੀ, ਤੇ ਇਸ ਟਾਈਮ ਮੂੰਹ ਚੋਂ ਇਹ ਦੁੰਦੀ ਹੈ? ਖੀਰੀ ਹੈ? ਖੀਰੀ ਹੈ। ਖੀਰੀ ਹੈ ਹਾਂ। ਰੇਟ ਦੇ ਬਾਰੇ ਕੀ ਕਹਿੰਦੇ ਹੋ? ਇਹ ਰੇਟ ਦੇ 1.5 ਮੰਗਦੇ ਪਏ। ਡਿਮਾਂਡ ਕਰ ਰਹੇ ਹੋ ਤੇ ਕਿੰਨੇ ਤੱਕ ਸੇਲ ਕਰਨ ਦਾ ਇਰਾਦਾ? ਫਾਈਨਲ ਰੇਟ ਇਹ ਆਪਾਂ 1,00,000 ਦੀ ਵੇਚਾਂਗੇ ਬਸ। 1,00,000 ਫਾਈਨਲ ਰੇਟ ਹੈ? ਹਾਂ ਫਾਈਨਲ ਜੀ। ਠੀਕ ਹੋ ਗਿਆ ਜੀ। ਆਖਰੀ ਰੇਟ ਤੁਹਾਡਾ ਕਾ ਚੁੱਕਾ ਹੈ, ਮੋਬਾਈਲ ਨੰਬਰ ਜ਼ਰਾ ਸ਼ੇਅਰ ਕਰੋ। ਨੰਬਰ ਕੀ ਤੁਹਾਡਾ? 0302-9826-908। 908 ਤੁਹਾਡੀ ਸਕਰੀਨ ਤੇ ਇਹਨਾਂ ਦਾ ਮੋਬਾਈਲ ਨੰਬਰ ਆ ਚੁੱਕਾ ਜੀ। ਕਾਰੋਬਾਰ ਕਰਦੇ ਨੇ, ਬਿਜ਼ਨਸ ਕਰਦੇ ਨੇ, ਅਗਰ ਬਹੁਤ ਇਲਾਵਾ ਖਰੀਦਾਰੀ ਕਰਨਾ ਚਾਹੁੰਦੇ ਹੋ ਮੋਬਾਈਲ ਨੰਬਰ ਤੁਹਾਡੇ ਕੋਲ ਆ ਚੁੱਕਾ ਜੀ, ਉਸ ਨੰਬਰ 'ਤੇ ਰਾਬਤਾ ਕਰਕੇ ਖਰੀਦਾਰੀ ਵੀ ਕਰ ਸਕਦੇ ਹੋ। ਮਸੀਦ ਅੱਗੇ ਚੱਲੇ ਹਾਂ ਜੀ, ਜੋਟੀਆਂ ਚੈੱਕ ਕਰਵਾਉਣੇ ਆ ਸਾਡੇ ਕੋਲ VIP ਜੀ ਜੀ। ਮਾਸ਼ਾਅੱਲਾ, ਅੱਜ ਕਮਾਲ ਦੀ ਜੋਟੀ ਲੈ ਕੇ ਇਸ ਮੰਡੀ ਦੇ ਵਿੱਚ ਮੌਜੂਦ ਹੋ ਜੀ। ਨੀਲੀ ਦੀ ਜੋਟੀ ਬੂਰੇ ਰੰਗ ਦੀ ਆਖੀ ਜਾਂਦੀ ਹੈ, ਅੱਜ ਮਾਸ਼ਾਅੱਲਾ ਤੁਸੀਂ ਉਸ ਤਰ੍ਹਾਂ ਕਲਰ 'ਚ ਲੈ ਕੇ ਖੜੇ ਹੋ ਜੀ ਜੀ। ਇਹ ਦੁੱਧ ਲੈਂਦੀ ਹੈ ਮਾਂ ਦਾ। ਅੱਛਾ ਜੀ, ਪਿਓਰ ਨੀਲੀ ਦੀ ਕੱਟੀ ਹੈ ਜੀ। ਕਮਾਲ ਹੋ ਗਿਆ ਜਿਹੜੀ ਆ ਕੱਟੀ ਜਨਾਬ। ਹਾਂਜੀ, ਇਹ ਦੋਧ ਲੈਂਦੀ ਅੱਜ ਤੇ, ਅੱਜ ਤੇ ਲਿਆਰੀਆਂ ਕੱਟੀਆਂ ਸਰ। ਕਮਾਲ ਕਰ ਦਿੱਤਾ, ਇਤਨਾ ਕਦ ਬਹੁਤ ਕਰ ਚੁੱਕੀਆਂ ਨੇ ਔਰ ਇਸ ਟਾਈਮ ਵੀ ਦੁੱਧ ਲੈਂਦੀਆਂ ਨੇ, ਮਤਲਬ ਦੁੱਧ ਪੀਂਦੀਆਂ ਨੇ। ਥੱਲੋ ਵੇਖ, ਥੱਲੋ ਨਵਾਬ ਹੈ, ਅੱਲਾ ਦਾ ਚੈੱਕ ਕਰਵਾਣਾ ਜੀ, ਥੱਲੇ ਵੀ ਚੈੱਕ ਕਰਵਾਣਾ ਯਾਰ। ਕਮਾਲ ਦੀ ਅਕਮਾ ਲੈ ਕੇ ਖੜੇ ਹੋ, ਅੱਜ ਕਿੰਨੇ ਕੁ ਨਗ ਲੈ ਕੇ ਆਏ ਹੋ? ਅੱਜ ਮੈਂ 4 ਨਗ ਲਿਆ। 4 ਨਗ ਲਿਆ? 4 ਨਗ ਲੈ ਕੇ ਆਏ? 4 ਨਗ ਲਿਆ ਤੇ 2 ਸ਼ੇਰ ਹੋ ਗਏ ਨੇ, ਬਾਕੀ 2 ਬਾਕੀ ਨੇ। ਲੈ ਅਸਾਂ ਜੋਟੀਆਂ ਨੇ, ਅਸਾਂ ਉਹ ਨਹੀਂ ਲੈਣਾ ਡੰਗਰ ਜਿਹੜਾ ਨਾ ਵਿਕਣ ਵਾਲਾ, ਸਾਡਾ ਵਿਕਣ ਵਾਲਾ ਡੰਗਰ ਲੈ। ਸੋਹਣੀਆਂ ਖੂਬਸੂਰਤ, ਮਤਲਬ ਨੀਲੀ ਦੀ ਕੱਟੀਆਂ ਪਿਓਰ ਲੈ ਕੇ ਆਏ? ਬਿਲਕੁਲ ਬਿਲਕੁਲ। ਠੀਕ ਹੋ ਗਿਆ, ਸਾਡੇ ਕੋਲ ਜੋੜਾ ਨੀਲੀ ਦਾ ਖਲੋਤਾ ਹੈ। ਨੀਲੀ ਦਾ ਖੜਾ ਜੀ, ਕਮਾਲ ਹੋ ਗਿਆ। ਹੈਡ ਇਸਲਾਮ ਦਾ ਜੀ? ਅੱਛਾ ਅੱਛਾ, ਹੈਡ ਇਸਲਾਮ ਦਰਿਆਈ ਇਲਾਕੇ ਤੋਂ ਲੈ ਕੇ ਆਏ ਹੋ? ਕਮਾਲ ਹੋ ਗਿਆ। ਰੇਟ ਦੇ ਬਾਰੇ ਕੀ ਕਹਿੰਦੇ ਹੋ? ਪਹਿਲੇ ਨੰਬਰ ਦਾ, ਦੂਸਰੇ ਨੰਬਰ ਦਾ ਰੇਟ ਕਿਹੜਾ? ਕੱਟੀ ਹੈ ਦਾ ਮੋਲ 85 ਕਰਦਾ ਖਲੋਤਾ। ਅੱਛਾ ਜੀ, ਠੀਕ ਹੈ। ਕਿੰਨੇ ਤੱਕ ਸੇਲ ਕਰਨ ਦਾ ਇਰਾਦਾ ਹੈ? ਇਹ ਅਸਾਂ ਪੂਰਾ 75 ਦੇ ਦੇਉਣੀ। ਠੀਕ ਹੋ ਗਿਆ, ਜ਼ਬਰਦਸਤ ਹੋ ਗਿਆ। ਨੰਬਰ 2 ਦੇ ਬਾਰੇ ਕੀ ਕਹਿੰਦੇ ਹੋ? ਉਹ ਵੀ 50, ਉਹ ਹੀ ਸੇਮ ਟੂ ਸੇਮ ਰੇਟ ਹੈ। ਬਿਹਤਰੀਨ ਰੇਟ ਤੁਸੀਂ ਸ਼ੇਅਰ ਕੀਤੇ ਨੇ। ਇਸ ਟਾਈਮ ਵਜ਼ਨ ਕਿੰਨਾ ਕੱਟ ਚੁੱਕੇ ਨੇ? ਵਜ਼ਨ ਇਹ ਤਕਰੀਬਨ ਹੋਸਨ ਪਾਉਣਾ 2 ਕਮਾਣ। ਠੀਕ ਹੋ ਗਿਆ, ਮਾਸ਼ਾਅੱਲਾ, ਜ਼ਬਰਦਸਤ। ਜੋੜੀਆਂ ਲੈ ਕੇ ਇਸ ਮੰਡੀ ਵਿੱਚ ਮੌਜੂਦ ਹੋ, ਮੋਬਾਈਲ ਨੰਬਰ ਜ਼ਰਾ ਸ਼ੇਅਰ ਕਰੋ ਤੇ ਨਾਮ ਵੀ ਦੱਸ ਦਿਓ ਸਾਡੇ ਬਰਾਬਰ। 0303-7055-910। ਨਾਂ ਕੀ ਹੈ ਜੀ ਤੁਹਾਡਾ? ਮੁਹੰਮਦ ਸ਼ਾਹਿਦ। ਮੁਹੰਮਦ ਸ਼ਾਹਿਦ ਸਾਹਿਬ ਜੀ, ਮੋਬਾਈਲ ਨੰਬਰ ਤੁਹਾਡੀ ਸਕਰੀਨ ਤੇ ਆ ਚੁੱਕਾ ਜੀ। ਬਹੁਤ ਇਲਾਵਾ ਖਰੀਦਦਾਰੀ ਕਰਨਾ ਚਾਹੁੰਦੇ ਹੋ, ਇਸ ਤਰ੍ਹਾਂ ਦੀ ਜੋੜੀਆਂ ਇਹਨਾਂ ਦੇ ਪੁਆਇੰਟ ਤੇ ਮੌਜੂਦ ਹੁੰਦੀਆਂ ਨੇ, ਕਾਰੋਬਾਰ ਕਰਦੇ ਨੇ ਤੇ ਰਾਬਤਾ ਕਰਕੇ ਖਰੀਦਾਰੀ ਕਰ ਸਕਦੇ ਹੋ। ਮਤਲਬ ਪਿੱਛੇ ਰੈਸ਼ ਕਿਹੜੇ ਇਲਾਕੇ 'ਚ ਹੈ ਆਪਣੀ? ਅਸ ਦੌਲਤਾਬਾਦ ਦੇ। ਦੌਲਤਾਬਾਦ ਦੇ ਸਾਡੇ ਭਰਾ ਰੈਸ਼ ਹੀ ਨੇ ਜੀ। ਹੈਡ ਇਸਲਾਮ ਦੇ ਨਾਲ ਹੀ ਆ। ਬਿਲਕੁਲ ਬਿਲਕੁਲ, ਦਰਿਆਈ ਇਲਾਕਾ ਜੀ, ਸਾਰਾ ਇਸ ਨੀਲੀ ਦਾ ਇਲਾਕਾ ਜੀ। ਅਗਰ ਖਰੀਦਾਰੀ ਕਰਨਾ ਚਾਹੁੰਦੇ ਹੋ, ਮੋਬਾਈਲ ਨੰਬਰ ਤੇ ਰਾਬਤਾ ਕਰੋ, ਇਹਨਾਂ ਦੇ ਪੁਆਇੰਟ ਤੇ ਜਾ ਕੇ ਖਰੀਦਾਰੀ ਕਰ ਸਕਦੇ ਹੋ। ਮਸੀਦ ਅੱਗੇ ਚੱਲਣਾ ਜੀ, ਜੋਟੀਆਂ ਚੈੱਕ ਕਰਵਾਉਣੇ ਆ ਸਾਡੇ ਭਰਾਵਾਂ ਨੂੰ ਤਾਂ ਕਿ ਆਈਡੀਆ ਹੋ ਜਾਵੇ।
कि इस मंडी के अज के रेट की चल रहे हैं। तीन चार लैके खड़े ने जी साडे दोस्त जी। अस्सलामुअलैकुम सर। वालेकुम सलाम सर, की नाम तुहाड़ा? फरियाद हुसैन। अच्छा फरियाद भाई, अज चोटियां किनियां के लैके आए हो? चार तुसी बाकी लैके खड़े हो, मतलब सेल भी होईयां ने विचों? हां जी सेल। किनियां सेल होईयां ने? 8 एक सेल हो गए। 8 सेल हो गईयां ने? हां जी। जबरदस्त हो गया। ए सारीयां खीरियां ने? हां खीरियां। खीरियां ने ते नीली दे लैके च लैके आए हो? नीली नीली। ज्यादा टाइम तुहाडे ने लेंदे क्योंकि कम दा टाइम है जी, बाजार मंडी च आने। रेट किन्ना किन्ना कर रहे हो जी? इन्हां दा रेट 85,000 करने। मतलब लॉट का रेट फिक्सर किया जी? हां जी हां जी। इधर कोई कमी पेशी हो सकती है? हो सकती है। फाइनल फाइनल करो, आखिरी रेट करो, कितना कर दे हो? 80,000 फाइनल होगा जी। 80,000 आ चुका जी। लाटा का रेट आज मंडी दे चल रहे हैं, नीली दे इलाके दी जेडी के वाहिद मंडी है पाकिस्तान दे विच, सब तो बड़ी मंडी आखी जाती है। तो मोबाइल नंबर जरा शेयर करो फरियाद साहब। 0304-029-8027। 80-27 तुहाडे स्क्रीन ते इन्हां दा नंबर आ चुका जी। कारोबार करते हैं, बिजनेस करते हैं, तो जोड़ियाँ लैके इस मंडी के इस टाइम मौजूद ने। खरीदारी करना चाहते हो जल्दी राबता करो, तो इस तरह की जोड़ियाँ इन्होंने को खरीदारी कर सकते हो। मजीद अगे चेक करवाने जी किसी होर दोस्त नाल राबता करने जी, कि रेटों का आइडिया हो जाए कि इस मंडी के रेट आज दे की चल रहे हैं जी। अस्सलामुअलैकुम छोटे भाई, गल करना मतलब जी, इन्हों का कुछ आवाज़ का प्रॉब्लम लग रही है, शायद गल नहीं कर सकते। इधर आ जाओ जी, इधर भाई दे नाल गल करना जी। अस्सलामुअलैकुम। वालेकुम अस्सलाम। की नाम जी तुहाडा? मोहम्मद माजिद अली। अच्छा माजिद साहब, कारोबार करते हो? हाँ जी। तुहानू अक्सर मंडी च वेखदे आ, मतलब मेरा ख्याल है कि इंटरव्यू भी तुहाडे हो चुके ने। ते किन्ने काज नग लेके आए हो? 3 नग लेंदे। ते विचो सेल किन्ने कर लए ने? एक तो। एक सेल होया है? हाँ जी। की वजह है? तुसी रेट तो नहीं ज्यादा मांग रहे हो, क्योंकि खरीदारां तुहाडे क्यों नहीं खरीदियां, वजह की है? नहीं गाहक है कोई नहीं रेट। गाहक मंडी च वेखण नू काफी लग रही है। अच्छा नस्ल केड़ी है? नीली दी। नीली दी मुँह चो खीरी है? खीरी है जी। बिल्कुल ठीक हो गया। वजन कितना कर चुकी है? वजन ए 3 कम 3 कम होना ठीक हो गया। रेट कितना कर दियो, डिमांड कितनी कर दियो, तो फाइनल रेट कितने तक कर दियो? फाइनल रेट 85,000। इधर इसको कमी बेशी है तो कर दियो, कितनी कर दियो? 84 हो जाए। 84,000 आखिरी रेट है? मतलब 1,000 दी लेस कीती है। हां जी। ज्यादा रेट नहीं मंगा दे रहे, मतलब रियायत तुसी ठीक हो गया। मोबाइल नंबर जरा शेयर करो, नंबर की तुहाडा? नंबर कोई नहीं जी, मोबाइल नंबर नहीं है। साढ़े भाई नज़र आए हैं जी काफ़ी अरसे तो बाद, रेट उन्होंने को भी लेने चाहिए ने जी। माशाला जी। अस्सलामुअलैकुम सर। वालेकुम अस्सलाम सर, कैसे हो? खैरियत है? दोस्तों साढ़े नो कुछ नवे भी ऐड होंगे ने, नाम दस दौ की? शहजाद अख्तर। शहजाद अख्तर साहब, सर अज कि जोड़ियाँ लैके आए हो? 4 लैके आए। तो 2 सेल हो गई ने? 2 सेल हो गई। मतलब मंडी का ओवरऑल अज तो वेखन इस तरह मिल रही है कि तेजी लग रही है, काफ़ी गाहक आए हैं, तो यकीनन टाइम काफ़ी बाकी है, इन्होंने भी सेल हो जाना। नसल कि लैके आए हो? नीली दी नसल लैके। ठीक हो गया। मुँह चु दुंदी ने? मोबाइल नंबर आ चुका जी। कारोबार करते हैं, बिजनेस करते हैं, प्रॉपर मंडी के हमेशा अपनी जोड़ियां लैके आते हैं। अगर खरीदारी करना चाहते हो बहुत इलावा, तो मोबाइल नंबर पर रब्ता करो, इन्हां दी लोकेशन से जाके भी खरीदारी कर सकते हो। अज की वीडियो के बारे तुहाडी की राय जी, कमेंट्स बॉक्स के अपनी राय का इजहार जरूर करना है। अगली वीडियो तक असं तुहाडे कोल इजाजत चाहते हैं जी। अल्लाह हाफिज़।